ਸੈਵਨ ਪ੍ਰਾਈਮ ਟੀਵੀ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਭਵਾਨੀਗੜ੍ਹ ਪਹੁੰਚੇ ਅਤੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਅਕਾਲੀ ਆਗੂਆਂ ਨੇ ਹਿੱਸਾ ਲਿਆ। ਸਰਦਾਰ ਢੀਂਡਸਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਰਕਰਾਂ ਨੇ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਵਾਇਆ। ਸਰਦਾਰ ਢੀਂਡਸਾ ਦੇ ਸੰਗਰੂਰ ਜ਼ਿਲ੍ਹੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਚੁਣੇ ਜਾਣ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੈਵਨ ਪ੍ਰਾਈਮ ਟੀਵੀ ਲਈ ਸੁਰਿੰਦਰ ਸਿੰਧੀ ਦੀ ਰਿਪੋਰਟ। ਸ਼੍ਰੋਮਣੀ ਅਕਾਲੀ ਦਲ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਬਹੁਤ ਬਹੁਤ ਧੰਨਵਾਦ। ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਵਰਕਰ ਪੂਰੇ ਜੋਸ਼ ਦੇ ਵਿੱਚ ਨੇ ਅਤੇ ਵਰਕਰ ਜਿਹੜਾ ਹੈ ਪੂਰਾ ਅੱਡੀ ਚੋਟੀ ਦਾ ਜ਼ੋਰ ਇਹਨਾਂ ਚੋਣਾਂ ਵਿੱਚ ਲਾਉਣ ਲਈ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਵੀ ਦਵਾਇਆ ਅਤੇ ਮੈਂ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਦੋ ਤਿੰਨ ਦਿਨਾਂ ਤੋਂ ਮੈਂ ਸਾਰਾ ਮਾਹੌਲ ਹੈ ਜ਼ਮੀਨੀ ਪੱਧਰ 'ਤੇ ਦੇਖ ਰਿਹਾ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇ। ਸਰ ਬਰਗਾੜੀ ਕਾਂਡ ਦੇ ਕਾਰਨ ਪਾਰਟੀ ਨੂੰ ਕਾਫੀ ਵੱਡੇ ਕ੍ਰਾਈਸਿਸ ਦੇ ਵਿੱਚੋਂ ਨਿਕਲਣਾ ਪਿਆ, ਕੀ ਉਹ ਕਵਰ ਅਪ ਹੋ ਜਾਏਗਾ ਇਸ ਦੇ ਵਿੱਚ? ਦੇਖੋ ਅੱਜ ਲੋਕ ਬੜੇ ਸਿਆਣੇ ਨੇ, ਉਹਨਾਂ ਉਹ ਸਮਝਣ ਲੱਗ ਪਏ ਵੀ ਇਹ ਜਿਹੜਾ ਸਾਰੀ ਗੱਲ ਹੈ ਇਹ ਸਿਆਸਤ ਤੋਂ ਪ੍ਰੇਰਿਤ ਹੈ। ਅੱਜ 2 ਸਾਲ ਹੋ ਗਏ ਕਾਂਗਰਸ ਸਰਕਾਰ ਬਣੇ ਨੂੰ, ਕਮਿਸ਼ਨ ਬਿਠਾ ਤਾ, ਫਿਰ ਸਿੱਟ ਬਿਠਾ ਤੀ, ਉਹਦਾ ਨਤੀਜਾ ਕੀ ਨਿਕਲਿਆ? ਦੇਖੋ ਉਹ ਸਿਰਫ ਸਿਆਸਤ ਕਰ ਰਹੇ ਨੇ, ਉਹਨਾਂ ਦਾ ਸਿਰਫ ਇਹ ਹੈ ਵੀ ਜਦ ਕੋਈ ਚੋਣ ਆਉਂਦੀ ਹੈ ਇਸ ਮੁੱਦੇ ਨੂੰ ਭੜਕਾ ਕੇ ਅਸੀਂ ਵੋਟਾਂ ਲੈ ਲਈਏ। ਅਸੀਂ ਤਾਂ ਆਪ ਇਸ ਗੱਲ 'ਤੇ ਕਹਿੰਦੇ ਹਾਂ ਵੀ ਤੁਸੀਂ ਇਨਕੁਆਇਰੀ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰੋ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲੇ ਦਿਨ ਤੋਂ ਇਹ ਸਪਸ਼ਟ ਸਟੈਂਡ ਹੈ ਅਤੇ ਅਸੀਂ ਅੱਜ ਵੀ ਉਸ 'ਤੇ ਹੈ ਵੀ ਜਿਹੜੇ ਵੀ ਦੋਸ਼ੀ ਨੇ ਜਿਹਨੇ ਕੋਈ ਗਲਤੀ ਕੀਤੀ ਹੈ ਉਹਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ। ਇਸ ਇਲੈਕਸ਼ਨ 'ਚ ਮੇਨ ਮੁਕਾਬਲਾ ਕਿਹਦੀ ਕਿਹੜੀ ਪਾਰਟੀ ਨਾਲ? ਦੇਖੋ ਸਾਡਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ, ਸਾਡਾ ਤਾਂ ਜਿਹੜਾ ਹੈ ਨਿਸ਼ਾਨਾ ਮੁੱਦਿਆਂ ਦੀ ਰਾਜਨੀਤੀ ਅਤੇ ਲੋਕਾਂ ਨਾਲ ਜੁੜੇ ਹੋਏ ਮਸਲੇ ਉਹ ਅਸੀਂ ਟੇਕਅਪ ਕਰਨੇ ਹੈ, ਬਾਕੀ ਸਮਾਂ ਦੱਸੇਗਾ। ਸਾਨੂੰ ਲੋਕਾਂ 'ਤੇ ਪੂਰਾ ਭਰੋਸਾ ਹੈ ਕਿ ਲੋਕ ਜਿਹੜੇ ਨੇ ਸੰਗਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੇਗੀ। ਨਵਜੋਤ ਕੌਰ ਸਿੱਧੂ ਦੇ ਇੱਕ ਅਨਾਊਂਸ ਹੋ ਰਿਹਾ ਕਿ ਜਲਦੀ ਹੀ ਸ਼ਾਇਦ ਨਵਜੋਤ ਕੌਰ ਸਿੱਧੂ ਵੀ ਆਪਣੀ ਸੀਟ 'ਤੇ ਫਾਈਟ ਕਰ ਸਕਦੇ ਨੇ। ਦੇਖੋ ਕੋਈ ਦੇਖੋ ਸਾਨੂੰ ਕੋਈ ਫਰਕ ਨਹੀਂ ਪੈਂਦਾ, ਹਰ ਪਾਰਟੀ ਨੇ ਆਪਦਾ ਉਮੀਦਵਾਰ ਦੇਣਾ, ਉਹਨਾਂ ਨੂੰ ਹੱਕ ਹੈ। ਸੋ ਜਿਹੜਾ ਕਿਹੜਾ ਉਮੀਦਵਾਰ ਦਿੰਦੇ ਆ ਇਹ ਸਾਨੂੰ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ, ਅਸੀਂ ਆਪਦੇ ਮੁੱਦਿਆਂ 'ਤੇ ਆਪਦੀ ਚੋਣ ਕਰਨੀ ਹੈ, ਦੂਜੀ ਪਾਰਟੀ ਨੇ ਆਪਦੀ ਸਿਆਸਤ ਕਰਨੀ। ਥੈਂਕ ਯੂ ਸੋ ਮਚ ਸਰ। ਅੱਜ ਦੇ ਮੀਟਿੰਗ ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਜਿਹੜੇ ਉਮੀਦਵਾਰ ਨੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਸੰਗਰੂਰ ਦੇ ਵਰਕਰਾਂ ਦੇ ਨਾਲ ਮੀਟਿੰਗ ਲਈ ਆਏ ਸੀਗੇ ਅਤੇ ਅੱਜ ਵਰਕਰਾਂ ਦਾ ਜਿਹੜਾ ਉਤਸ਼ਾਹ ਅਤੇ ਜੋਸ਼ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦਾ ਜਿਸ ਦਿਨ ਤੋਂ ਬਤੌਰ ਉਮੀਦਵਾਰ ਐਲਾਨ ਹੋਇਆ ਵਰਕਰਾਂ ਦਾ ਉਤਸ਼ਾਹ ਅਤੇ ਜੋਸ਼ ਵੇਖਣ ਵਾਲਾ, ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਅਕਾਲੀ ਦਲ ਦੇ ਕਿੱਤੇ ਕੰਮਾਂ ਨੂੰ ਲੋਕ ਯਾਦ ਕਰਦੇ ਨੇ, ਕਾਂਗਰਸ ਵੱਲੋਂ ਜਿਹੜਾ ਧੋਖਾ ਹੋਇਆ ਉਹ ਵੀ ਹਰ ਵਰਗ ਦੇ ਨਾਲ, ਉਹ ਵੀ ਹਰ ਬੰਦੇ ਦੇ ਮਨ ਦੇ ਉੱਤੇ ਹੋਇਆ, ਲੋਕਾਂ 'ਚ ਗੁੱਸਾ ਹੈ, ਲੋਕ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਪਰ ਆਮ ਆਦਮੀ ਪਾਰਟੀ ਦੀ ਕੋਈ ਗੱਲਬਾਤ ਹੈ ਹੀ ਨਹੀਂ, ਜਿਹੜਾ ਖਾਸ ਕਰਕੇ ਸਾਡਾ ਮੈਂਬਰ ਪਾਰਲੀਮੈਂਟ ਰਿਹਾ ਪਿਛਲਾ ਸਿਟਿੰਗ ਹੈ ਉਹਦਾ ਜਿਹੜਾ ਝੂਠ ਹੈ, ਉਹਦਾ ਜਿਹੜਾ ਚੁਟਕਲੇ ਸੁਣਾਉਣ ਦਾ ਜਾਂ ਜਿਹੜਾ ਕਮੇਡੀਅਨ ਰਿਹਾ ਹੋਕਿੰਗ ਰਿਹਾ, ਉਹ ਚੁਟਕਲਿਆਂ ਦੇ ਨਾਲ ਦੁਬਾਰਾ ਵੋਟ ਹਾਸਲ ਕਰਨਾ ਚਾਹੁੰਦੇ। ਪਰ ਪੰਜਾਬ ਦੇ ਸੰਗਰੂਰ ਹਲਕੇ ਦੇ ਲੋਕ ਸਿਆਣੇ ਨੇ ਕਿ 5 ਸਾਲ ਦੇ ਵਿੱਚ ਉਹਨੇ ਸੰਗਰੂਰ ਦੀ ਬਹੁਤ ਬਦਨਾਮੀ ਕੀਤੀ ਹੈ, ਸੰਗਰੂਰ ਦਾ ਬਹੁਤ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਉਹਨੇ ਜਿਹੜਾ ਅਕਸ ਖਰਾਬ ਕੀਤਾ, ਕੋਈ ਉਹਨੇ ਕੰਮ ਨਹੀਂ ਕੀਤਾ ਅਤੇ ਲੋਕਾਂ ਦੇ ਵਿੱਚ ਉਹ ਚੁਟਕਲੇ ਸੁਣਾ ਕੇ ਕੋਸ਼ਿਸ਼ ਕਰ ਰਿਹਾ ਪਰ ਉਹਦੇ ਕਿਤੇ ਪੈਰ ਨਹੀਂ ਲੱਗਣੇ। ਨਹੀਂ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਿਹਾ, ਉਹਨਾਂ ਦੀ ਬਹੁਤ ਵੱਡੀ ਦੇਣ ਹੈ।
ਉਹਨਾਂ ਦਾ ਜੋ ਜਿਹਦਾ ਸੰਗਰੂਰ ਬਰਨਾਲੇ ਨੂੰ ਦੇਣ ਹੈ ਉਹਨੂੰ ਕਦੇ ਕੋਈ ਵੀ ਬੱਚਾ ਭੁਲਾ ਨਹੀਂ ਸਕਦਾ। ਉਹਨਾਂ ਨੇ ਪਿੱਛੇ ਜੇ ਵੀ ਕਿਹਾ ਸੀ ਕਿ ਮੇਰੀ ਸਿਹਤ ਦੇ ਪੰਜਾਬੀ ਜਿਹੜੀ ਹੈ ਪਰੌਠੇ ਹੀ ਇਹ ਹੈ, ਇਸ ਕਰਕੇ ਉਹ ਐਕਟਿਵ ਪੋਲੀਟਿਕਸ ਤੋਂ ਥੋੜ੍ਹਾ ਜਿਹਾ ਕਿਨਾਰਾ ਕੀਤਾ, ਔਰ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ। ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਵੀ ਜਿਹੜੀ ਲੋਕ ਸਭਾ ਦੀ ਹੁੰਦੀ ਹੈ ਗ੍ਰਾਂਟਾਂ, ਉਹ ਸਿਰਫ ਲੋਕ ਸਭਾ ਹਲਕੇ 'ਚ ਵੰਡੀਆਂ ਜਾ ਸਕਦੀਆਂ, ਅਤੇ ਰਾਜ ਸਭਾ ਦੀਆਂ ਗ੍ਰਾਂਟਾਂ ਸਾਰੇ ਪੰਜਾਬ 'ਚ ਵੰਡੀਆਂ ਹੁੰਦੀਆਂ, ਕਿਉਂਕਿ ਸਾਰੇ ਹੀ MLA ਵੱਲੋਂ ਚੁਣਿਆ ਹੁੰਦਾ। ਸੋ ਢੀਂਡਸਾ ਸਾਹਿਬ ਨੇ ਆਪਦੀ ਜਿਹੜੀ ਗ੍ਰਾਂਟ ਹੈ ਉਹ ਭਾਵੇਂ ਸਾਰੇ ਪੰਜਾਬ 'ਚ ਵੰਡੀ ਹੈ, ਪਰ ਉਹਦਾ ਫਿਰ ਵੀ ਅੱਧਾ ਹਿੱਸਾ ਜਿਹੜਾ ਹੈ ਸੰਗਰੂਰ ਨੂੰ ਦਿੱਤਾ। ਅਤੇ ਜੇ ਆਪਾਂ ਅਸਲ 'ਚ ਦੇਖੀਏ ਤਾਂ ਸੰਗਰੂਰ ਦਾ ਹਿੱਸਾ 10ਵਾਂ ਬਣਦਾ ਸੀ, ਪਰ ਉਹਨਾਂ ਨੇ ਫਿਰ ਵੀ ਅੱਧਾ ਪੈਸਾ ਜਿਹੜਾ ਆਪਦੇ ਜਿਹੜਾ ਗ੍ਰਾਂਟ ਦੇ ਵਿੱਚੋਂ ਸੰਗਰੂਰ ਜ਼ਿਲ੍ਹੇ 'ਚ ਦਿੱਤਾ। ਮੈਂ ਗੁਰਤੇਜ ਸਿੰਘ ਝਨੇੜੀ, ਸਾਬਕਾ ਪ੍ਰਧਾਨ ਟਰੱਕ ਨਿਊ ਭਵਾਨੀਗੜ੍ਹ ਸੀਨੀਅਰ ਅਕਾਲੀ ਆਗੂ। ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ, ਜਿਹੜਾ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ? ਜਿਹੜਾ ਪ੍ਰੋਗਰਾਮ ਹੈ ਅੱਜ, ਜਿਹੜਾ 2019 ਲੋਕ ਸਭਾ ਦਾ ਆਗਾਜ਼ ਹੋ ਚੁੱਕਿਆ, ਜਿਨ੍ਹਾਂ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਨੇ ਬਹੁਤ ਹੀ ਜਿਹੜਾ ਨੇਕ ਦਿਲ ਸਾਊ, ਜਿਹੜਾ ਇੱਕ ਇਮਾਨਦਾਰ, ਜਿਹੜਾ ਇੱਕ ਤਜਰਬੇਕਾਰ ਜਿਹੜਾ ਸਾਨੂੰ ਕੈਂਡੀਡੇਟ ਦਿੱਤਾ, ਉਹ ਬਹੁਤ ਵਧੀਆ। ਲੇਕਿਨ ਜਿਹਦੇ ਲਈ ਸਾਡੇ ਉਰੇ ਕੋਈ ਦੂਸਰਾ ਕੈਂਡੀਡੇਟ ਇਹਦੇ ਮੁਕਾਬਲੇ ਕੋਈ ਕੈਂਡੀਡੇਟ ਹੈ ਨਹੀਂ, ਠੀਕ ਹੈ? ਲੋਕ ਝੂਠ ਝਾਠ ਬੋਲ ਕੇ ਪਹਿਲਾਂ ਕਰ ਗਏ ਨੇ, ਪਰ ਜਿਹੜਾ ਢੀਂਡਸਾ ਪਰਿਵਾਰ ਹੈ ਇੱਕ, ਇਹ ਜਿਹੜਾ ਲੰਮਾ ਸਮਾਂ ਤੋਂ ਰਾਜਨੀਤੀ 'ਚ ਇਹਨਾਂ ਨੇ ਵਿਚਰਿਆ, ਔਰ ਇੱਕ ਵੀ ਇਹ ਪਰਿਵਾਰ 'ਤੇ ਦਾਗ ਨਹੀਂ ਹੈਗਾ। ਕੋਈ ਬੰਦਾ ਜੇ ਕੋਈ ਸਾਡਾ ਪਿੰਡ ਦਾ ਸਰਪੰਚ ਵੀ ਬਣ ਜਾਵੇ, ਉਹਨੂੰ ਵੀ ਕੋਈ ਕਹਿ ਦਿੰਦਾ ਵੀ ਗ੍ਰਾਂਟਾਂ ਖਾ ਗਿਆ, ਲੇਕਿਨ ਅੱਜ ਤੱਕ 50 ਸਾਲ ਤੋਂ ਕਦੇ ਕੋਈ ਢੀਂਡਸਾ ਪਰਿਵਾਰ 'ਤੇ ਕੋਈ ਇੱਕ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹਨਾਂ ਨੇ ਕਿਸੇ 'ਤੇ ਘਪਲਾ ਕੀਤਾ। ਵੱਡੇ ਢੀਂਡਸਾ ਸਾਹਿਬ 'ਤੇ ਕਿੰਨਾ ਕੁ ਇਫੈਕਟ ਪਊਗਾ ਐਬਸੈਂਟ ਦਾ? ਨਹੀਂ, ਕੋਈ ਇਫੈਕਟ ਨਹੀਂ ਜੀ, ਉਹਨਾਂ ਦੇ ਪਰਿਵਾਰ ਨੂੰ ਦੇ ਨਾਂ ਨੂੰ ਵੱਡੇ ਢੀਂਡਸਾ ਸਾਹਿਬ ਦੇ ਨਾਂ ਨੂੰ ਹੀ ਵੋਟ ਪੈਣੀ ਹੈ, ਕੋਈ ਇਫੈਕਟ ਨਹੀਂ, ਠੀਕ ਹੈ? ਢੀਂਡਸਾ ਸਾਹਿਬ ਦੀ ਸਿਹਤ ਅਲਾਓ ਨਹੀਂ ਕਰਦੀ, ਉਹਦੇ ਕਰਕੇ ਉਹਨਾਂ ਨੂੰ ਉਹ ਜੇ ਇਕੱਲੇ ਪਰਮਿੰਦਰ ਲਈ ਨਹੀਂ ਸਮੁੱਚੇ ਪੰਜਾਬ 'ਚ ਜਾਣਾ ਬਣਦਾ, ਤੇ ਉਹਨਾਂ ਨੂੰ ਸਿਹਤ ਅਲਾਓ ਨਹੀਂ ਕਰਦੀ, ਇਸ ਕਰਕੇ ਕੋਈ ਇਫੈਕਟ ਨਹੀਂ। ਦੇਖੋ, ਜਿਹੜੀ ਸਰਕਾਰ ਸਾਨੂੰ ਮਾਰਨ ਲੱਗੀ ਹੋਈ ਹੈ, ਪਹਿਲਾਂ ਵੀ ਮਾਰਿਆ, ਹੁਣ ਵੀ ਮਾਰ ਰਹੀ ਹੈ, ਕਿਉਂਕਿ ਸਰਕਾਰ ਤਾਂ ਸਾਡੇ ਤੋਂ ਡਰਾ ਕੇ ਕੁੱਟ ਕੇ ਕੰਮ ਕਰਾਉਣਾ ਚਾਹੁੰਦੀ ਹੈ, ਠੀਕ ਹੈ? ਸਾਡੇ ਜਿਹੜੇ ਲੋਕ ਟਰੱਕਾਂ ਦੇ ਸਿਰ 'ਤੇ ਕੰਮ ਕਰਦੇ ਨੂੰ ਡਰ ਕੇ ਐਂ ਹੁੰਦਾ ਵੀ ਯਾਰ ਜੇ ਆਪਣੇ ਇੱਕ ਜਗ੍ਹਾ ਕੋਈ ਹੋਰ ਕੰਮ ਕਰ ਗਿਆ ਕੀ ਕਰਾਂਗੇ, ਉਹ ਡਰ ਕੇ ਅਸੀਂ ਕੰਮ ਕਰਦੇ ਹਾਂ, ਪਰ ਸਾਨੂੰ ਪੂਰਨ ਆਸ ਹੈ ਵੀ 2022 ਇਹ ਚੋਣ ਤਾਂ ਜਿੱਤਾਂਗੇ, 2022 'ਚ ਅਕਾਲੀ ਦਲ ਦੀ ਸਰਕਾਰ ਹੋਊਗੀ। ਟਰੱਕ ਯੂਨੀਅਨ ਲਈ ਸਾਨੂੰ ਅਸੀਂ ਦਿਨ ਜੋ ਰਾਤ ਇੱਕ ਕਰਕੇ ਸੁਖਬੀਰ ਜੀ ਨਾਲ ਵੀ ਸਾਡੀ ਗੱਲ ਹੋਈ, ਟਰੱਕ ਯੂਨੀਅਨ ਮੁੜ ਬਹਾਲ ਕਰਾਵਾਂਗੇ। ਅਸੀਂ ਕਹਿੰਦਾ ਉਹਨੂੰ ਸਾਨੂੰ ਕਾਨੂੰਨ 'ਚ ਲੈ ਲੈਣ, ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਪਹਿਲਾਂ ਵੀ ਨਹੀਂ ਕਰਦੇ, ਯੂਨੀਅਨ ਇੱਕ ਸਾਡਾ ਭਾਈਚਾਰਾ, ਉਹਨੂੰ ਉਹਦੇ ਮੁਤਾਬਕ ਅਸੀਂ ਕੰਮ ਕਰਦੇ ਹਾਂ, ਗਰੀਬ ਵਾਲਾ ਵੀ ਕੰਮ ਕਰਦੇ ਹਾਂ, ਅਤੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਟਰੱਕ ਯੂਨੀਅਨ ਦੇ ਨਾਲ ਖੜਾ, ਲੇਬਰ ਨਾਲ ਖੜਾ। ਵੋਟਾਂ 'ਚ ਕੀ ਰਣਨੀਤੀ ਰਹੂਗੀ ਅਕਾਲੀ ਸਰਕਾਰ ਦੀ ਆਉਣ ਵਾਲੇ ਟਾਈਮਾਂ 'ਚ? ਵੋਟਾਂ 'ਚ ਨੀਤੀ ਕੀ ਹੈ? ਲੋਕਾਂ ਤੋਂ ਵਿਕਾਸ ਦੇ ਨਾਂ 'ਤੇ, ਸਰਕਾਰ ਦੀਆਂ ਨਾਕਾਮੀਆਂ ਦੇ ਨਾਂ 'ਤੇ ਜਿਹੜੀਆਂ ਵੋਟਾਂ ਮੰਗ ਰਹੇ ਹਾਂ, ਉਹ ਲੋਕਾਂ ਦਾ ਪਤਾ ਹੀ ਹੈ ਵੀ ਕੀ ਨੁਕਸਾਨ ਕਰ ਰਹੀ ਹੈ ਪੰਜਾਬ ਸਰਕਾਰ ਨੇ, ਜਿਹੜੇ ਲਾਰੇ ਲਾਏ ਨੇ ਉਹ ਕਿਵੇਂ ਕਿੱਥੇ ਭੁਗਤੇ ਨੇ। ਭਗਵੰਤ ਮਾਨ ਝੂਠ ਬੋਲ ਕੇ MP ਬਣ ਗਿਆ, ਉਸ ਗੱਲ 'ਤੇ ਖੜਿਆ ਜਾਂ ਨਾ ਖੜਿਆ, ਉਹ ਜਿਹੜੀ ਆਈ ਹੈ ਲੋਕ 'ਚ ਦੁਬਾਰੇ ਬਾਦਲ ਭਾਲਦੇ, ਅਤੇ ਲੋਕ ਇੱਕ ਇਨਕਲਾਬ ਭਾਲਦੇ, ਪਰ ਉਹ ਇਨਕਲਾਬ ਤਾਂ ਰਹੀ ਨਹੀਂ, ਉਹਨਾਂ ਨੇ ਤਾਂ ਸਿਰਫ ਕੁਰਸੀ ਤੱਕ ਸੀਮਤ ਰਹਿ ਗਏ। ਅੱਜ ਉਹ ਕਾਂਗਰਸ ਦੇ ਲਾਰੇ ਕੱਢ ਰਹੇ ਨੇ ਵੀ ਸਾਡਾ ਨਾਲ ਸਮਝੌਤਾ ਕਰ ਲਓ, ਇਕੱਲੀ ਪੰਜਾਬ 'ਚ ਸੰਗਰੂਰ ਸੀਟ ਦੇ ਦਿਓ, ਹਰਿਆਣੇ 'ਚ 2-2, ਦਿੱਲੀ 'ਚ 3 ਦੇ ਦਿਓ। ਉਹਨਾਂ ਦਾ ਸਿਸਟਮ ਹੈ, ਉਹ ਕੋਈ ਗੱਲ ਨਹੀਂ। ਉਹਨਾਂ ਨੇ ਜਿਹੜਾ ਅੰਨਾ ਹਜ਼ਾਰੇ ਦੇ ਮਿਸ਼ਨ 'ਚੋਂ ਇੱਕ ਪਾਰਟੀ ਨਿਕਲੀ ਤੀ, ਇੱਕ ਸੰਗਠਨ ਨਿਕਲਣਾ, ਅਤੇ ਉਹਦਾ ਕਿਹੜਾ ਚੁੱਪ ਖਿੜ ਜਾਣਾ, ਬਲ ਕੋਈ ਗੱਲ ਨਹੀਂ ਉਹਦਾ। ਠੀਕ ਹੈ, ਥੈਂਕ ਯੂ। ਰਾਮ ਸਿੰਘ ਮਟਰਾ ਜੀ, ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਜੀ ਉਰੇ? ਅੱਜ ਉਰੇ ਜੀ ਆਪਣੇ ਪਰਮਿੰਦਰ ਸਿੰਘ ਢੀਂਡਸਾ ਜੀਆਂ ਨੂੰ ਜਿਹੜਾ ਲੋਕ ਸਭਾ ਦਾ ਟਿਕਟ ਦਿੱਤਾ ਹੈ, ਉਹਨਾਂ ਦਾ ਧੰਨਵਾਦ ਕਰਕੇ ਬਾਬੂ ਪ੍ਰਕਾਸ਼ ਚੰਦ ਗਰਗ ਜੀਆਂ ਨੇ ਇਲਾਕੇ ਬਲਾਕ ਦਾ ਇਕੱਠ ਰੱਖਿਆ। ਕਿੰਨਾ ਕੁ ਮੁਕਾਬਲਾ ਦੇਖਦੇ ਹੋ ਮਟਰ ਸਾਹਿਬ? ਦੇਖੋ ਜੀ, ਇਹਨਾਂ ਦੀ ਜਿਹੜੀ ਇਹਨਾਂ ਦੇ ਪਿਤਾ ਜੀ ਦੀ ਬੜੇ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਪਕੜ ਹੈ, ਇਸ ਕਰਕੇ ਲੋਕਾਂ 'ਚ ਇਹਨਾਂ ਦਾ ਨਾਂ ਹੈ ਵੱਡੀ ਪੱਧਰ 'ਤੇ। ਕੋਈ ਪਰਮਿੰਦਰ ਜੀ ਦੇਖੋ, ਚਾਹੇ 4-5 ਵਾਰੀ ਪਹਿਲਾਂ ਇਲੈਕਸ਼ਨ ਵੀ ਜਿੱਤੇ ਨੇ, ਔਰ ਆਪ ਖੁਦ ਖਜ਼ਾਨਾ ਮੰਤਰੀ ਰਹੇ ਨੇ,
ਇਸ ਪਰਿਵਾਰ ਦਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਨਾਂ ਹੈ ਬਹੁਤ ਵੱਡਾ। ਪਰ ਸੁਖਦੇਵ ਸਿੰਘ ਢੀਂਡਸਾ ਤਾਂ ਖੁਦ ਬਾਗੀ ਕਹਿ ਰਹੇ ਨੇ ਵੀ ਬਾਗੀ ਹੋ ਕੇ ਕੁਛ ਉਹਨਾਂ ਦੇ ਆਪਦੇ ਰੁਝੇਵੇ ਨੇ, ਇਸ ਕਰਕੇ ਉਹ ਹੀ ਇਸ ਗੱਲ ਬਾਰੇ ਦੱਸ ਸਕਦੇ ਨੇ। ਬਸ ਕਿ ਪਰਮਿੰਦਰ ਜੀਆਂ ਦਾ ਲੋਕਾਂ 'ਚ ਸਤਿਕਾਰ ਹੈ, ਪਿਆਰ ਹੈ, ਬਹੁਤ ਵਧੀਆ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਵੀ ਵਧੀਆ ਨੌਜਵਾਨ ਮੁੰਡੇ ਨੇ ਅਤੇ ਵਧੀਆ ਲੋਕਾਂ ਨਾਲ ਕੰਮ ਕਰਦੇ ਨੇ ਅਤੇ ਕਿਸੇ ਕਿਸਮ ਦਾ ਕੋਈ ਦਾਗ ਨਹੀਂ, ਕੋਈ ਉਂਗਲ ਨਹੀਂ ਉੱਠੀ, ਕੋਈ ਕਿਸੇ ਘਾਫਲੇ ਦਾ ਦੋਸ਼ ਨਹੀਂ ਅਤੇ ਇਹਨਾਂ ਦੀ ਜਿਹੜੀ ਡੀਲਿੰਗ ਹੈ ਪਬਲਿਕ ਦੇ ਨਾਲ ਬਹੁਤ ਅੱਛੀ ਹੈ। ਸਾਰਿਆਂ ਨਾਲ ਇਲਾਕੇ ਦੇ ਵਿੱਚ ਬੜੇ ਵਧੀਆ ਵਿਚਰਦੇ ਨੇ, ਬੰਦਿਆਂ ਦੀ ਗੱਲ ਸੁਣਦੇ ਨੇ, ਜੋ ਕੋਈ ਕੰਮ ਨੂੰ ਜਾਂਦਾ ਲੋਕਾਂ ਨੇ ਕੰਮ ਦੇਖਣਾ ਹੈ ਅਤੇ ਸਹੀ ਢੰਗ ਨਾਲ ਜਿਹੜਾ ਵਰਤਾਓ ਕਰਦਾ ਉਸ ਪਰਿਵਾਰ ਨੂੰ ਲੋਕ ਅੱਗੇ ਲਿਆਉਣਾ ਚਾਹੁੰਦੇ ਨੇ। ਆਪਣੇ 'ਚ ਕਿੰਨਾ ਮੁਕਾਬਲਾ ਕਿੰਨਾ ਕੁ ਹੈ ਆਪਣੇ ਇਲਾਕੇ 'ਚ ਇਹਨਾਂ ਦੇ? ਦੇਖੋ ਜੀ, ਅੱਜ ਜਿਹੜਾ ਹੈਗਾ ਠੀਕ ਹੈ, ਪਾਰਟੀਆਂ ਆਪੋ ਆਪਣੇ ਮੁਤਾਬਕ ਚੱਲ ਰਹੀਆਂ ਨੇ ਜੀ। ਮੇਰੇ ਕਹਿਣ ਦੇ ਸੋਚਣ ਦੇ ਮੁਤਾਬਕ ਤਾਂ ਹੈ ਵੀ ਹਾਲੇ ਅੱਜ ਦੀ ਘੜੀ ਪਰਮਿੰਦਰ ਢੀਂਡਸਾ ਜੀ ਇਲਾਕੇ ਦੇ ਵਿੱਚ, ਜਿਵੇਂ ਕਿ ਪੂਰੇ ਜ਼ਿਲ੍ਹੇ, ਦੋ ਜ਼ਿਲ੍ਹੇ ਨੇ, ਬਰਨਾਲਾ ਅਤੇ ਸੰਗਰੂਰ ਪੈਂਦਾ, ਉਹਦੇ ਵਿੱਚ ਇਹਨਾਂ ਦਾ ਨਾਂ ਉੱਤੇ ਹੈ ਵੱਡੀ ਪੱਧਰ 'ਤੇ। ਉਹਦੇ ਵਿੱਚ ਦੇਖੋ, ਜਿਨ੍ਹਾਂ ਬੰਦਿਆਂ ਨੇ ਕੁਛ ਕੀਤਾ ਉਹਨਾਂ ਨੂੰ ਤਾਂ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਉਹ ਕੋਈ ਵੀ ਹੋਵੇ। ਇਸ ਨਾਲ ਪਾਰਟੀ ਨਾਲ ਇਸ ਗੱਲ ਦਾ ਕੋਈ ਨਹੀਂ ਤਲੁਕਾਤ। ਜਿਹੜਾ ਇਨਸਾਨ ਕੋਈ ਮਾੜਾ ਕਰਮ ਕਰਦਾ ਉਹਦੀ ਸਜ਼ਾ ਕੁਦਰਤ ਉਹਨੂੰ ਦਿੰਦੀ ਹੈ, ਪਰ ਉਹਦੇ ਵਿੱਚ ਬੰਦਿਆਂ 'ਤੇ ਗੱਲ ਹੈ ਨਾ ਕਿ ਪਾਰਟੀ ਨਾਲ ਹੈ। ਪਾਰਟੀ ਆਪਦੀ ਜਗ੍ਹਾ, ਮਾੜੇ ਚੰਗੇ ਕਰਮ ਨੇ ਉਹ ਬੰਦੇ 'ਤੇ ਆਪਦੇ 'ਤੇ ਨਿਰਭਰ ਨੇ। ਠੀਕ ਹੈ, ਮਾਨ ਸਾਹਿਬ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲਿਆ ਵਰਕਰਾਂ ਦੇ ਵਿੱਚ? ਉਤਸ਼ਾਹ ਤਾਂ ਵਰਕਰਾਂ 'ਤੇ ਬਹੁਤ ਹੈ, ਜਿੰਨਾ ਕਹਿ ਲਈਏ ਉਨੇ ਉਤਸ਼ਾਹ ਹੈ, ਕਿਉਂਕਿ ਵਰਕਰ ਕਈ ਨਾ ਜਿਹੜੀ ਪਿਛਲੀ ਗਲਤੀ ਹੋ ਗਈ ਵਰਕਰਾਂ ਤੋਂ, ਉਹਦਾ ਬਦਲਾ ਲੈਣ ਨੂੰ ਤਿਆਰ ਬੈਠੇ ਨੇ। ਇਹਦੇ ਕਾਂਗਰਸ ਸਰਕਾਰ ਭੁਲੇਖਿਆਂ ਦੇ ਪਾ ਕੇ ਲੋਕਾਂ ਤੋਂ ਬਣ ਗਈ, ਉਹਦਾ ਬਦਲਾ ਲੈਣ ਲਈ ਵਰਕਰਾਂ ਨੂੰ, ਗਲਤੀ ਨੂੰ ਸੁਧਾਰਨ ਲਈ ਤਿਆਰ ਹੋਏ ਬੈਠੇ ਨੇ। ਬਸ ਉਤਸ਼ਾਹ ਹੁਣ ਤੋਂ ਆਪ ਸੋਚ ਲੈ ਕਿੰਨਾ ਹੋਏਗਾ। ਮੁਕਾਬਲਾ ਕਿੰਨਾ ਕੁ ਸਖਤ ਬਣਦੇ? ਨਹੀਂ, ਮੁਕਾਬਲਾ ਕੋਈ ਹਾਲੇ ਹੈ ਹੀ ਨਹੀਂ, ਕੈਂਡੀਡੇਟ ਕੋਈ ਨਹੀਂ। ਸੰਗਰੂਰ ਦਾ ਇਤਿਹਾਸ ਹੈ, ਇੱਥੇ ਦੂਜੀ ਵਾਰ ਕੋਈ ਜਿੱਤਿਆ ਨਹੀਂ, ਹੈਂ ਉਹ ਦੂਜਾ ਲਗਾਤਾਰ ਦੂਜੀ ਵਾਰ ਕਿਹੜਾ ਸਿਰ ਬਣਾਵਾ ਸਾਹਿਬ ਰਿਪੀਟ ਕਰਕੇ, ਉਹ ਵੀ ਤਾਂ ਕਿ 22 ਇਲੈਕਸ਼ਨ ਆ ਗਈ ਸੀ, ਪੂਰੀ ਇਲੈਕਸ਼ਨ ਕਦੇ ਦੂਜੀ ਵਾਰ ਕੋਈ ਜਿੱਤਿਆ ਨਹੀਂ। ਤੋ ਇਸ ਲਈ ਉਹ ਇਹਦਾ 1900 ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਤੋਂ ਲਾ ਕੇ ਕੱਢ ਲਿਓ, ਦੂਜੀ ਵਾਰ ਕੋਈ MP ਲਗਾਤਾਰ MP ਨਹੀਂ ਬਣਿਆ। ਸੁਖਦੇਵ ਸਿੰਘ ਢੀਂਡਸਾ ਦੇ ਜਿਹੜੇ ਬਾਗੀ ਤੇਵਰ ਨੇ ਉਹ ਕਿੰਨਾ ਕੁ ਇਫੈਕਟ ਕਰਦੇ ਨੇ? ਨਹੀਂ, ਹੁਣ ਤਾਂ ਕੋਈ ਬਾਗੀ ਰਹੇ ਨਹੀਂ, ਨਹੀਂ ਉਹਨਾਂ ਨੇ ਜਦੋਂ ਉਹਨਾਂ ਨੇ ਆਪਦੇ ਬੇਟੇ ਨੂੰ ਆਸ਼ੀਰਵਾਦ ਦੇ ਦਿੱਤਾ ਕਿ ਮੈਂ ਮੇਰੀਆਂ ਸ਼ੁਭ ਆਸ਼ਾਵਾਂ ਇਹਦੇ ਨਾਲ ਨੇ, ਮੈਂ ਸਿਹਤ ਕਰਕੇ ਕੰਪੇਨ ਨਹੀਂ ਕਰ ਸਕਦਾ, ਅਤੇ ਫਿਰ ਬਾਗੀ ਤੇਵਰ ਕਿੱਥੇ ਰਹਿ ਗਏ? ਕਾਂਗਰਸ ਸਰਕਾਰ ਬਰਗਾੜੀ ਮੁੱਦਾ ਲੈ ਕੇ ਚੱਲ ਰਹੀ ਹੈ ਜੀ, ਪਿੱਛੇ ਤੋਂ ਲੈ ਕੇ ਹੁਣ ਤੱਕ ਇਲੈਕਸ਼ਨ ਵਿੱਚ ਉਹਨਾਂ ਨੇ ਵਿਧਾਨ ਸਭਾ ਵੀ ਲੜੇ ਨੇ, ਹੁਣ ਵੀ ਉਹ ਮੁੱਦਾ ਲੈ ਕੇ ਚੱਲ ਰਹੇ ਨੇ, ਤੁਸੀਂ ਉਹ ਮੁੱਦੇ ਨੂੰ ਕੀ ਕਿਵੇਂ? ਬਰਗਾੜੀ ਜਿਹੜਾ ਮੁੱਦਾ ਹੈ, ਲੋਕ ਬਹੁਤ ਸਿਆਣੇ ਨੇ, ਉਹ ਕਾਂਗਰਸ ਦਾ ਬਣਾਇਆ ਹੋਇਆ ਮੁੱਦਾ ਸੀ। ਜਿਸ ਦਿਨ ਬਰਗਾੜੀ ਦਾ ਮੋਰਚਾ ਲੱਗਿਆ ਉਦੋਂ ਕਾਂਗਰਸ ਦੇ ਦੋ ਮੰਤਰੀ, ਇੱਕ ਬਾਜਵਾ ਸਾਹਿਬ, ਇੱਕ ਉਹਨਾਂ ਨਾਲ ਦੂਸਰਾ ਮੰਤਰੀ ਗਿਆ ਸੀ, ਤੋ ਉੱਥੇ ਬਿਠਾਉਣ ਗਏ, ਜਿਹਦੇ ਉਠਾਇਆ ਉਹਦੇ ਵੀ ਉਹੀ ਗਏ, ਅਤੇ ਜੇ ਇਹਨਾਂ ਨੂੰ ਬਿਠਾ ਕੇ ਉਹ ਆਏ ਨੇ, ਬਿਠਾ ਕੇ ਉਹ ਆਏ ਨੇ, ਲੋਕ ਐਡੇ ਕਮਲੇ ਥੋੜ੍ਹੇ ਨੇ ਵੀ ਜਿਹੜੇ ਸਮਝਦੇ ਨਹੀਂ ਕਿ ਬਰਗਾੜੀ ਕੋਈ ਮਾੜਾ, ਬਰਗਾੜੀ ਕੋਈ ਮੁੱਦਾ ਨਹੀਂ, ਬਰਗਾੜੀ ਤਾਂ ਬੜੀ ਦੇਰ ਹੋ ਗਿਆ, ਅਤੇ ਸਰਕਾਰ ਨੇ ਪੈਦਾ ਕੀਤਾ ਸੀ, ਸਰਕਾਰ ਨੇ ਖਤਮ ਕਰ ਲਿਆ। ਕਿਹੜੇ ਆਈ ਜੀ ਦੀ ਕੱਲ੍ਹ ਟਰਾਂਸਫਰ ਹੋਈ ਹੈ, ਅਕਾਲੀ ਦਲ 'ਤੇ ਦੋਸ਼ ਲਾ ਰਿਹਾ, ਕਾਂਗਰਸ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਦੇ ਘਰ ਦੀ ਚੋਣ ਕਮਿਸ਼ਨ ਨੇ ਸ਼ਿਕਾਇਤ ਕਰੀ, ਥਾਂ ਬਦਲੀ ਹੋਈ ਹੈ। ਸ਼ਿਕਾਇਤਾਂ ਉਹ ਵੀ ਬਥੇਰੀਆਂ ਕਰਦੇ ਨੇ, ਸ਼ਿਕਾਇਤ ਅਕਾਲੀ ਦਲ ਨੇ ਜ਼ਾਹਿਰ ਸ਼ਿਕਾਇਤ ਕੀਤੀ ਕਿ ਇੱਕ ਅਫਸਰ ਆਈ ਜੀ ਰੈਂਕ ਦਾ ਬੰਦਾ ਕਿਸੇ ਖਾਸ ਕੰਮ ਲਈ ਉਹਨੂੰ ਬਣਾਇਆ ਗਿਆ, ਅਤੇ ਉਹ ਪ੍ਰੈਸ ਕਾਨਫਰੰਸ ਕਰ ਦੇਵੇ ਕਿਸੇ ਜਿਹਦੇ ਉੱਤੇ ਮਤਲਬ ਕੋਈ ਅਜੇ ਅਕੂਲਟ ਨਹੀਂ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ, ਪ੍ਰੈਸ ਕਾਨਫਰੰਸ ਕਰਨ 'ਤੇ ਫਿਰ ਉਹਦੇ 'ਤੇ ਚੋਣ ਕਮਿਸ਼ਨ ਨੇ ਐਕਸ਼ਨ ਲੈਣਾ ਹੀ ਹੈ। ਜਿੰਨੀਆਂ ਸਾਡੀਆਂ ਇਸਤਰੀ ਵਿੰਗ ਵਾਲੀਆਂ ਹੋ ਗਈਆਂ ਜਾਂ ਸਾਡੇ ਸਰਕਲ ਪ੍ਰਧਾਨਾਂ ਹੋ ਗਈਆਂ, ਜ਼ਿਲ੍ਹੇ ਦੀਆਂ ਮੀਤ ਪ੍ਰਧਾਨਾਂ ਹੋ ਗਈਆਂ, ਸਾਰੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਨੇ ਅਸੀਂ ਲੋਕਲ ਮੀਟਿੰਗਾਂ ਸਾਰੀਆਂ ਨਾਲ ਕਰ ਚੁੱਕੇ ਹਾਂ, ਬਹੁਤ ਹੀ ਬੀਬੀਆਂ ਦੇ ਵਿੱਚ ਉਤਸ਼ਾਹ ਹੈ ਜੀ।
ਕੀ ਨਾਮ ਹੈ ਤੁਹਾਡਾ? ਗੁਰਮੀਤ ਕੌਰ ਜੀ, ਕੀ ਵਿਸ਼ਵਾਸ ਦਿਲਾਉਂਦੇ ਹੋ ਢੀਂਡਸਾ ਜੀ ਨੂੰ, ਤੁਸੀਂ ਕਿੰਨੀਆਂ ਕੁ ਵੋਟਾਂ ਨਾਲ ਜਿਤਾਓਗੇ? ਢੀਂਡਸਾ ਸਾਹਿਬ ਨੂੰ ਜੀ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ, ਪਹਿਲੇ ਨੰਬਰ 'ਤੇ ਲਿਆਵਾਂਗੇ। ਕਿੰਨੀ ਕੁ ਮਿਹਨਤ ਕਰੋਗੇ? ਮਿਹਨਤ ਫੁੱਲ ਕਰਾਂਗੇ ਜੀ। ਮਹਿਲਾਵਾਂ ਦਾ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ ਹੈਗਾ, ਤੁਸੀਂ ਕਿੰਨਾ ਕੁ ਉਸ ਰੋਲ ਨੂੰ ਨਿਭਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੀ, ਕੀ ਕਹਿਣਾ ਚਾਹੁੰਦਾ? ਸਾਡੇ ਵੱਲੋਂ ਪੂਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜੀ, ਵੱਧ ਤੋਂ ਵੱਧ ਵੋਟਾਂ ਦੇਣ ਦੀ ਕੋਸ਼ਿਸ਼ ਕਰਾਂਗੇ। ਕੀ ਮੁੱਦੇ ਨੇ ਮਹਿਲਾਵਾਂ ਦੇ, ਮਤਲਬ ਕੀ ਤੁਸੀਂ ਮੰਗ ਚਾਹੁੰਦੇ ਹੋ ਵੀ ਜੇ ਜਿੱਤ ਜਾਂਦੇ ਨੇ ਤੁਹਾਡੀਆਂ ਕੀ ਮੰਗਾਂ ਪੂਰੀਆਂ ਕਰਨ? ਉਹ ਜਿੱਤ ਜਾਂਦੇ ਜੀ, ਸਾਨੂੰ ਇਹੀ ਹੈਗਾ ਕਿ ਮਹਿਲਾਵਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ, ਅਤੇ ਉਹਨਾਂ ਦੇ ਜੋ ਵੀ ਉਹ ਕਹਿੰਦੇ ਨੇ ਪੈਨਸਲਾਂ ਵਗੈਰਾ ਸਾਰਾ ਕੁਛ ਪੂਰੀ ਆਪਦੀ ਉਹ ਕਰਾਂਗੇ ਕੋਸ਼ਿਸ਼। ਬੋਲਾਂਗੇ ਤਾਂ ਨਹੀਂ?